ਹੈਲੋ ਹਾਂਜੀ ਸਸੀ ਗਾ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਅਪਡੇਟ ਵਿੱਚ ਪੀਐਸਸੀਬੀ ਬੋਰਡ ਵੱਲੋਂ ਜਿਹੜੀ ਇਹ ਵੀ ਅਪਡੇਟ ਨਿਕਲ ਕੇ ਆ ਰਹੀ ਹੈ ਜੀ ਉਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਚੈਨਲ ਉੱਤੇ ਦੇ ਰਿਹਾ ਹਾਂ ਜੀ ਹੁਣੇ-ਹੁਣੇ ਪੀਐਸਸੀਬੀ ਬੋਰਡ ਵੱਲੋਂ ਦੋ ਵੱਡੇ ਅਪਡੇਟ ਨਿਕਲ ਕੇ ਆ ਰਹੇ ਆ ਜੀ ਠੀਕ ਹੈ ਜੀ ਰਿਜ਼ਲਟ ਅਤੇ ਵੇਟੇਜ ਨੂੰ ਲੈ ਕੇ ਦੋ ਵੱਡੇ ਅਪਡੇਟ ਨਿਕਲ ਕੇ ਆ ਰਹੇ ਆ ਜੀ ਜਿਨ੍ਹਾਂ ਬੱਚਿਆਂ ਨੂੰ ਵੇਟੇਜ ਉੱਤੇ ਜਿਹੜੀ ਆ ਪ੍ਰੋਬਲਮ ਆ ਰਹੀ ਹੈ ਜੀ ਉਹਨਾਂ ਨੂੰ ਦੱਸ ਦਈਏ ਕਿ ਅਗਰ ਤੁਹਾਡੇ ਪਹਿਲੇ ਸਮੈਸਟਰ ਵਿੱਚੋਂ ਪੰਜਾਵਾਂ ਵਿੱਚੋਂ 30 ਮਾਰਕਸ ਆਏ ਹਨ ਜ ਸੈਕਿੰਡ ਟਰਮ ਦੇ ਵਿੱਚ ਜਿਹੜੇ ਆ ਪੰਜਾਬੋਂ ਵਿੱਚੋਂ 20 ਮਾਰਕਸ ਵੀ ਆਉਂਦੇ ਆ ਜੀ ਤਾਂ ਵੀ ਤੁਸੀਂ ਜਿਹੜੇ ਆ ਉਹ ਪਾਸ ਹੋ ਜੀ ਤੁਹਾਨੂੰ ਕੁੱਲ ਮਿਲਾ ਕੇ ਜਿਹੜੇ ਆ ਦੋਵਾਂ ਸਮੈਸਟਰਾਂ ਵਿੱਚੋਂ ਜਿਹੜੇ 100 ਵਿੱਚੋਂ 33% ਮਾਰਕਸ ਲੈਣੇ ਆ ਜੀ ਅਗਰ ਤੁਸੀਂ 33% ਮਾਰਕਸ ਲੈ ਲੈਂਦੇ ਹੋ ਤੇ ਤੁਸੀਂ ਪਾਸ ਹੋ ਜੀ ਟੋਟਲ ਤੁਹਾਡੇ ਜਿਹੜੇ ਆ 33% ਮਾਰਕਸ ਜਿਹੜੇ ਬਣਨੇ ਚਾਹੀਦੇ ਆ ਜੀ ਠੀਕ ਹੈ ਜੀ ਇਹ ਹੀ ਅਪਡੇਟ ਜਿਹੜੀ ਨਿਕਲ ਕੇ ਆ ਰਹੀ ਸੀ ਵੇਟੇਜ ਨੂੰ ਅਤੇ ਰਿਜ਼ਲਟ ਦੀ ਗੱਲ ਕਰ ਲਈ ਤੇ ਰਿਜ਼ਲਟ ਜਿਹੜਾ ਉਸ ਹੁਣੇ ਤਿਆਰ ਹੋ ਰਿਹਾ ਜੀ ਟਾਡੀ ਮੈਡਲ ਲਿਸਟ ਜਿਹੜੀ ਬਣਨ سٹਾਰਟ ਹੋ ਚੁੱਕੀ ਹੈ ਜੀ ਜਦੋਂ ਵੀ ਮੈਡਲ ਲਿਸਟ ਪੂਰੀ ਕੰਪਲੀਟ ਹੋ ਜਾਵੇਗੀ ਉਸ ਤੋਂ ਬਾਅਦ ਆ ਜਿਹੜੀ ਤੁਹਾਨੂੰ PSCV ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਤੁਹਾਨੂੰ ਨੋਟਿਸ ਆਏਗਾ ਜੀ ਨੋਟਿਸ ਆਉਣ ਤੋਂ ਬਾਅਦ ਜਿਹੜਾ ਟਾਟਾ ਰਿਜ਼ਲਟ ਜਾਰੀ ਕੀਤਾ ਜਾਏਗਾ ਜੀ ਪਹਿਲਾਂ ਨੋਟਿਸ ਜਾਰੀ ਕੀਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਉਹ ਰਿਜ਼ਲਟ ਜਾਰੀ ਕੀਤਾ ਜਾਏਗਾ ਰਿਜ਼ਲਟ ਜਿਹੜਾ 25 ਤੋਂ 30 ਤਰੀਕ ਦੇ ਵਿੱਚ ਵਿੱਚ ਇਹ ਤੇ ਜਿਹੜਾ ਵਾ ਉਹ ਰਿਲੀਜ਼ ਕਰ ਦਿੱਤਾ ਜਾਏਗਾ ਜੀ ਵੱਡੀ ਅਪਡੇਟ ਨਿਕਲ ਕੇ ਆਈ ਹੈ ਜੀ ਇਹ ਹੀ ਜਾਣਕਾਰੀ ਸੀ ਜਿਹਦੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਮਿਲਦੇ ਨਵੀਂ ਹੋਰ ਅਪਡੇਟ ਦੇ ਨਾਲ ਤਦ ਤੱਕ ਲਈ ਸਸਰੀ ਗਾਲ ਜੀ